ਉਹ ਖੇਤੀ ਦੇ ਉਹ ਕਿੰਨਾ ਕਮਾਉ ਰਿਹਾ 70,000-80,000 ਰੁਪਈਆ ਸਾਡੇ ਤਰੀਕੇ ਨਾਲ ਬੰਦਾ 3 ਲੱਖ ਤੋਂ ਪਲੱਸ ਪਲੱਸ ਵਾਲਾ ਹੀ ਹੈ। ਮੈਂ ਲਾਈਫ ਇੰਸ਼ੋਰੈਂਸ ਅਤੇ ਬੈਂਕਿੰਗ ਦੋਨੇ ਸੈਕਟਰ ਦੇ ਵਿੱਚ ਕੰਮ ਕੀਤਾ ਹੈ ਅਤੇ ਇੱਕ ਚੰਗੇ ਵਧੀਆ ਰਿਸਪੈਕਟਡ ਜੋਬ ਦੇ ਉੱਤੋਂ ਰਿਜ਼ਾਈਨ ਕਰਕੇ ਇਸ ਕੰਮ ਨੂੰ ਵਧਾਇਆ ਗਿਆ। ਟਰਾਇਲ ਕਰਦੇ 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 ਅੱਜ ਤਕਰੀਬਨ 150 ਕਿੱਲੇ 'ਤੇ ਅਸੀਂ 2 ਜਣੇ ਲੈ ਗਏ ਉਹ ਖੇਤੀ ਨੂੰ। ਸਾਡੇ ਕੋਲ ਮੋਸਟਲੀ ਯਾਨੀ ਕਿ ਪੰਜਾਬ ਐਗਰ ਤੋਂ ਸਰਟੀਫਾਈਡ ਫਾਰਮਰ ਨੇ ਸਾਰੇ। ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਦੋਂ ਇੱਕ ਚੀਜ਼ ਔਰਗੈਨਿਕ ਪੈਦਾ ਕੀਤੀ ਜਾ ਸਕਦੀ ਹੈ ਉਹਦੇ 'ਚ ਕੈਮੀਕਲ ਨਾ ਪਾਇਆ ਜਾਵੇ, ਕਿਉਂਕਿ ਸਾਡੇ ਮਤਲਬ ਬਾਗਾਂ ਦੇ ਵਿੱਚ 1,000 ਏਕੜ ਦੇ ਵਿੱਚ ਆਪਾਂ ਸਰਵਿਸ ਦੇ ਰਹੇ ਹਾਂ ਇਸ ਟਾਈਮ ਲੋਕਾਂ ਨੂੰ। ਟੋਟਲ 1,000 ਏਕੜ ਸਾਡੇ ਤੋਂ ਬਿਨਾਂ। ਉਹਨੂੰ ਕਹਿੰਦੇ ਵੀ 11 ਡਰੰਮ ਬਾਏ ਕਰ ਲਾ ਤੂੰ, ਉਹਦੇ ਵਿੱਚ 11 ਤਰ੍ਹਾਂ ਦੇ ਅਲੱਗ ਅਲੱਗ ਤੱਤ ਅਸੀਂ ਤੇਰੇ ਐਡ ਕਰ ਜਾਣੇ ਨੇ, ਉਹਨਾਂ ਨੂੰ ਅੱਗੇ ਵਧਾਉਣਾ, ਮਲਟੀਪਲਾਈ ਕਰਨਾ ਤੋਂ ਸਿੱਖੀ ਚੱਲ। 10 ਰੁਪਏ ਕਿੱਲੋ ਵੀ ਵਿਕ ਜਾਵੇ ਨਾ ਤਾਂ ਵੀ ਫਾਰਮਰ ਟ੍ਰੈਡੀਸ਼ਨਲ ਫਸਲਾਂ ਨਾਲੋਂ 10 ਗੁਣਾ ਉੱਪਰ ਹੁੰਦਾ। ਐਤਕੀ ਦਾ ਰੇਟ 200 ਤੋਂ ਪਲੱਸ ਵਾਲਾ ਸੀਗਾ। ਜੋ ਤੁਸੀਂ ਬਾਗ ਦੇਖੇ ਨੇ ਉਸ ਤੋਂ ਉੱਪਰ ਬਾਗ ਸਾਡੇ ਕੋਲ ਆਲਰੇਡੀ ਹੈਗੇ। ਅੰਜੀਰ ਸਾਡੇ ਕੋਲ 25 ਕਿੱਲੇ ਅੰਜੀਰ ਦੇ ਲੱਗੇ ਹੋਏ ਨੇ। 25 ਹਾਂਜੀ 25 ਏਕੜ। ਇਸ ਤਰ੍ਹਾਂ ਸਾਡੇ ਕੋਲ 40-45 ਕਿੱਲੇ ਅਮਰੂਦ ਦੇ ਲੱਗੇ ਹੋਏ ਨੇ, ਅਲੱਗ ਅਲੱਗ ਵਰਾਇਟੀ ਦੇ ਲੱਗੇ ਹੋਏ ਨੇ। ਤਾਂ ਸਾਨੂੰ 1 ਕੁਇੰਟਲ ਮੰਨ ਲਓ ਗੰਨਾ ਹੈ, ਉਹਦੇ ਵਿੱਚੋਂ 60 ਕਿੱਲੋ ਤੋਂ 70 ਕਿੱਲੋ ਜੂਸ ਨਿਕਲਦਾ। ਸਾਡਾ ਉਹ ਜੂਸ 4500-4600 ਰੁਪਏ ਦਾ ਵਿਕਦਾ। ਹੁਣ ਤੁਸੀਂ ਜੇ ਆਪਾਂ ਇਹਨੂੰ ਉਹਨੂੰ ਜਾ ਕੇ ਬੁੱਢੇ ਵਾਲੇ ਮਿਲ 'ਚ ਵੇਚਣਾ ਹੋਵੇ ਤਾਂ ਉਹ 350 ਰੁਪਏ ਦਾ ਵਿਕ ਰਿਹਾ। ਮੰਨ ਲਓ ਮੇਰੀ ਪ੍ਰੋਫਾਈਲ ਕੀ ਸੀ, ਮੈਂ ਇਹੀ ਤਾਂ ਕੰਮ ਕਰਦਾ ਸੀ ਜੋਬ ਦੇ ਵਿੱਚ, ਉਸੇ ਚੀਜ਼ ਵੇਚਦੇ ਤਾਂ ਸੀਗੇ, ਹੁਣ ਉਸੇ ਚੀਜ਼ ਨੂੰ ਅਸੀਂ ਖੇਤੀ ਲਈ ਵਰਤ ਰਹੇ ਹਾਂ। ਕਿਉਂਕਿ ਪਹਿਲੀ ਕੰਡੀਸ਼ਨ ਆ ਵੀ ਸਪਰੇਅ ਤਾਂ ਕੋਈ ਵੱਜਣੀ ਨਹੀਂ ਹੈਗੀ, ਸਪਰੇਅ ਮਾਰ ਕੇ ਫੂਕ ਤਾਂ ਉਹ ਕੰਮ ਤਾਂ ਹੈ ਨਹੀਂ ਹੈ, ਇਹ ਮੈਨੂਅਲ ਕਰਨਾ ਪੈਣਾ। ਉਦੋਂ ਮੈਨੂਅਲ ਨੂੰ ਦੇਖਦੇ ਹੋਏ ਅਸੀਂ ਕਨਸੈਪਟ ਲਿਆਉਂਦਾ ਵੀ ਇਹਦੇ ਵਿੱਚ ਮੁਰਗੇ ਛੱਡੇ ਜਾਣ। ਪਿਛਲੇ 1.5 ਸਾਲ ਤੋਂ ਕੁਛ ਵੀ ਨਹੀਂ ਪਾਇਆ ਹੈਗਾ, ਜੋ ਮੁਰਗਿਆਂ ਦੀਆਂ ਬਿੱਠਾਂ ਨੇ ਉਹਨਾਂ ਨਾਲ ਇਹ ਸਾਰਾ ਸਿਸਟਮ ਹੋ ਗਿਆ, ਆਪਣੇ ਆਪ ਸੈੱਟ ਹੋ ਗਿਆ। ਹੁਣ ਮੰਨ ਲਓ ਆਪਾਂ ਨੇ ਬਾਕੀ ਸਮਾਨ ਵੀ ਸੇਲ ਕਰਦੇ ਹਾਂ, ਸਾਡੀ ਮਤਲਬ ਮਾਰਕੀਟ ਇੱਦਾਂ ਦੀ ਤਿਆਰ ਹੋ ਗਈ ਵੀ ਸਾਨੂੰ ਮੰਡੀ ਜਾਣ ਦੀ ਲੋੜ ਨਹੀਂ ਪਊਗੀ ਇਨ ਫਿਊਚਰ, ਸਾਰਾ ਸਮਾਨ ਸਾਡਾ ਇੱਦਾਂ ਹੀ ਸੇਲ ਹੋਊਗਾ। ਸਾਡੇ ਕੋਲੋਂ ਕੌਣ ਲੈ ਰਿਹਾ? ਸਾਡੇ ਕੋਲ ਲੈ ਰਹੇ ਨੇ ਡਾਕਟਰ। ਸਾਡੇ ਕੋਲ 500 ਅੰਡਾ ਹੁੰਦਾ ਸੀ ਰੋਜ਼ ਦਾ, 500 ਅੰਡਾ ਹੁੰਦਾ ਸੀ, ਉਹ ਸਾਡਾ 15 ਰੁਪਏ ਨੂੰ ਵਿਕਦਾ ਸੀਗਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਜਿਹੜੇ ਪ੍ਰੋਗਰਾਮ ਆ ਉਹਨਾਂ ਨੂੰ ਬਹੁਤ ਪਿਆਰ ਕਰਦੇ ਹੋ। ਅਸੀਂ ਹੁਣ ਅੱਜ ਪਹੁੰਚੇ ਹਾਂ ਗਹਿਲੇ ਵਾਲੇ, ਗਹਿਲੇ ਵਾਲਾ ਪਿੰਡ ਹੈ ਇੱਥੇ। ਬਾਈ ਬਿਕਰਮਜੀਤ ਸਿੰਘ ਜਿਹੜੇ ਆ ਉਹ ਬੜੀ ਕਮਾਲ ਦੀ ਖੇਤੀ ਕਰਦੇ ਆ। ਇਸ ਟਾਈਮ ਮੈਂ ਇੱਕ ਬਾਗ ਦੇ ਵਿੱਚ ਖੜਾ, ਇਹ ਬਾਗ 1.5-1.5 ਸਾਲ ਪੁਰਾਣਾ ਸਿਰਫ, ਪਰ ਬਾਈ ਨੇ ਹੋਰ ਵੀ ਬਾਗ ਲਾਏ ਹੋਏ ਆ। ਇਸ ਬਾਗ ਦੇ ਵਿੱਚ ਖਾਸ ਤੌਰ 'ਤੇ ਅਸੀਂ ਕਿਉਂ ਆਏ ਹਾਂ ਉਹਦਾ ਵੀ ਕੋਈ ਕਾਰਨ ਹੈ, ਵੱਡੇ ਬਾਗ ਦੇ ਵਿੱਚ ਕਿਉਂ ਨਹੀਂ ਗਏ ਉਹ ਵੀ ਤੁਹਾਨੂੰ ਦੱਸਾਂਗੇ। ਅਤੇ ਬੜੀ ਕਮਾਲ ਦੀ ਗੱਲ ਕੀਤੀ ਹੋਈ ਹੈ, ਨਵੀਂ ਖੋਜ ਹੈ ਖੇਤੀ ਦੇ ਨਾਲ ਨਾਲ, ਜਦੋਂ ਆਪਾਂ ਸਹਾਇਕ ਧੰਦੇ ਵੀ ਵਿੱਚ ਲੈ ਕੇ ਆਉਂਦੇ ਹਾਂ ਇਹਦੇ ਨਾਲ ਹੀ ਜੋੜ ਦਿੰਦੇ ਹਾਂ ਤਾਂ ਹੋਰ ਵੀ ਕਮਾਲ ਹੋ ਜਾਂਦਾ। ਬਾਈ ਨਾਲ ਗੱਲਾਂ ਬਾਤਾਂ ਕਰਾਂਗੇ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਠੀਕ ਠਾਕ? ਬਹੁਤ ਵਧੀਆ ਜੀ। ਚਲੋ ਚੰਗੀ ਗੱਲ ਹੈ ਬਾਈ, ਬੜਾ ਵਧੀਆ ਲੱਗਿਆ। ਪਹਿਲੀ ਗੱਲ ਤਾਂ ਪਤਾ ਲੱਗ ਗਿਆ ਉਹ ਸਾਰਿਆਂ ਨੂੰ ਵੀ ਆਵਾਜ਼ਾਂ ਜਿਹਦੀਆਂ ਆਈ ਜਾਂਦੀਆਂ। ਕਿਵੇਂ ਜੇ ਮਾਹੌਲ ਰਿਹਾ ਸ਼ੁਰੂ ਤੋਂ ਘਰ ਦਾ? ਵੀ ਤੁਸੀਂ ਜਿਵੇਂ ਮੈਨੂੰ ਪਤਾ ਲੱਗ ਰਿਹਾ ਤੁਹਾਡੇ ਕੱਪੜਿਆਂ ਤੋਂ ਵੀ ਤੁਸੀਂ ਤਾਂ ਕੋਈ ਨੌਕਰੀ ਕਰਦੇ ਹੋਵੋਗੇ, ਕਿਵੇਂ ਲੱਗਿਆ ਵੀ ਇੱਧਰ ਖੇਤੀਬਾੜੀ ਪਹਿਲਾਂ ਹੀ ਕਰਦੇ ਸੀ? ਮੈਂ ਵੀਰੇ ਤਕਰੀਬਨ 2005 ਤੋਂ ਜੋਬ ਦੇ ਵਿੱਚ ਸੀਗਾ। ਅੱਛਾ। ਮੈਂ ਲਾਈਫ ਇੰਸ਼ੋਰੈਂਸ ਅਤੇ ਬੈਂਕਿੰਗ ਦੋਨੇ ਸੈਕਟਰ ਦੇ ਵਿੱਚ ਕੰਮ ਕੀਤਾ ਹੈ ਅਤੇ ਇੱਕ ਚੰਗੇ ਵਧੀਆ ਰਿਸਪੈਕਟਡ ਜੋਬ ਦੇ ਉੱਤੋਂ ਰਿਜ਼ਾਈਨ ਕਰਕੇ ਇਸ ਕੰਮ ਨੂੰ ਵਧਾਇਆ ਗਿਆ। ਇਹ ਕੀ ਮਨ 'ਚ ਆਇਆ ਵੀ ਇੱਧਰ ਆਉਣਾ? ਉਧਰੋਂ ਕੋਈ ਪ੍ਰੈਸ਼ਰ ਬੜਾ ਹੋ ਗਿਆ ਸੀ? ਨਹੀਂ, ਪ੍ਰੈਸ਼ਰ ਦਾ ਕੋਈ ਚੱਕਰ ਨਹੀਂ ਬੰਦਾ, ਜਿਵੇਂ ਨੌਕਰੀਆਂ ਦੇ ਵਿੱਚ ਕਈ ਵਾਰ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਬੰਦੇ ਨਾਲ। ਪ੍ਰੈਸ਼ਰ ਤਾਂ ਜਦੋਂ ਬੰਦਾ ਪੁਰਾਣਾ ਹੋ ਜਾਂਦਾ ਤਾਂ ਹੈਂਡਲ ਕਰਨਾ ਸਿੱਖ ਜਾਂਦਾ, ਪ੍ਰੈਸ਼ਰ ਦਾ ਚੱਕਰ ਨਹੀਂ ਸੀਗਾ ਕਿਉਂਕਿ ਮੈਨੂੰ 14 ਸਾਲ ਹੋ ਗਏ ਸੀ ਇੱਕ ਕੰਮ ਦੇ ਵਿੱਚ, ਪ੍ਰੈਸ਼ਰ ਤਾਂ ਹੈਂਡਲ, ਕਿਉਂਕਿ ਟੀਮ ਸੀਗੀ 150-150 ਬੰਦੇ ਦੀ ਟੀਮ ਨੂੰ ਹੈਂਡਲ ਕਰਦਾ ਸੀਗਾ, ਉੱਥੇ ਪ੍ਰੈਸ਼ਰ ਨਹੀਂ ਮੈਟਰ ਕਰਦਾ ਸੀਗਾ। ਉੱਥੇ ਮੈਟਰ ਇਹ ਕਰਦਾ ਸੀਗਾ ਵੀ ਕਿਸਾਨੀ ਨੂੰ ਆਪਾਂ ਜਿਹੜਾ ਬੰਦਾ ਮਤਲਬ ਕਮਾਉਂਦਾ ਵਧੀਆ ਉਹ ਇੱਕ ਵਧੀਆ ਡਾਇਰੈਕਸ਼ਨ ਦੇ ਸਕਦਾ, ਤਜਰਬਾ ਕਰ ਸਕਦਾ, ਕਹਿਣ ਦਾ ਮਤਲਬ ਆ ਉਹ ਇੱਕ ਤਜਰਬੇ ਦੇ ਮਤਲਬ ਸੋਚ ਦੇ ਨਾਲ 2 ਏਕੜ ਤੋਂ ਸ਼ੁਰੂਆਤ ਕੀਤੀ। ਮੈਂ ਕੋਈ ਬੜਾ ਵੱਡਾ ਫਾਰਮਰ ਤਾਂ ਹੈ ਨਹੀਂ, ਪੌਣੇ 3 ਕਿੱਲੇ ਜ਼ਮੀਨ ਆ ਮੇਰੇ ਕੋਲ ਅਤੇ ਉੱਤੋਂ ਸ਼ੁਰੂਆਤ ਕੀਤੀ 2 ਏਕੜ ਤੋਂ। ਉਹਦੇ ਵਿੱਚ ਕੁਛ ਸਕਸੈਸ ਰਿਹਾ, ਕੁਛ ਫੇਲ ਵੀ ਹੋਏ। ਅੱਛਾ। ਫੇਲ ਇੱਦਾਂ ਹੋਏ ਵੀ ਮਤਲਬ 2 ਵਰਾਇਟੀਆਂ ਲਾਈਆਂ ਸੀ ਪਹਿਲਾਂ, ਇੱਕ ਤਾਂ ਲਾਇਆ ਸੀ ਨਿੰਬੂ, ਇੱਕ ਲਾਇਆ ਸੀ ਅਨਾਰ। ਅਨਾਰ ਦੀ ਜਿਹੜੀ ਵਰਾਇਟੀ ਲਾਈ ਸੀਗੀ ਉਹ ਪੰਜਾਬ ਦੇ ਅਨੁਕੂਲ ਨਹੀਂ ਹੋ ਪਾਈ, ਉਹਦਾ ਕਾਰਨ ਸੀਗਾ ਵੀ ਉਹਦਾ ਜਿਹੜਾ ਫਰੂਟ ਸੀਗਾ ਉਹ ਬਰਸਾਤ 'ਚ ਆਉਂਦਾ ਸੀਗਾ, ਜੇ ਹੈਵੀ ਰੇਨ ਆ ਜਾਂਦੀ ਸੀ ਤਾਂ ਉਹ ਫਰੂਟ ਡੈਮੇਜ ਹੋ ਜਾਂਦਾ ਸੀਗਾ, ਫਿਰ ਉਹ ਕੁਇਟ ਕਰਨਾ ਪਿਆ, ਪੱਟਣਾ ਪਿਆ ਅਤੇ ਉਸ ਤੋਂ ਬਾਅਦ ਨਿੰਬੂ ਵਧਾਇਆ ਅੱਗੇ।
ਨਿੰਬੂ ਲਾਇਆ ਸੀ। ਨਿੰਬੂ ਦਾ ਸਾਡਾ ਰਿਜ਼ਲਟ ਇੱਦਾਂ ਰਿਹਾ ਵੀ ਇਹ ਸਾਡੇ ਉਹ ਸਾਰੇ ਖਰਚੇ ਕਵਰ ਕਰ ਗਿਆ। ਇਹ ਅਪਰੋਕਸੀਮੇਟ ਉਹ ਸਾਲ ਮੇਰਾ 7 ਲੱਖ ਦਾ ਨਿੰਬੂ ਹੋਇਆ ਸੀਗਾ ਜਿਹੜੇ ਸਾਲ ਮੈਨੂੰ ਪੱਟਣਾ ਪਿਆ ਮਧੂਆ ਬਾਗ, ਮੈਨੂੰ ਪਰ ਕੋਈ ਜ਼ਿਆਦਾ ਫਰਕ ਨਹੀਂ ਲੱਗਾ। ਮਤਲਬ ਘਾਟਾ ਲਗਭਗ ਨਿੰਬੂ ਨੇ? ਹਾਂ ਲਗਭਗ, ਲਗਭਗ ਨਹੀਂ, ਐਂ ਤਾਂ ਬਚ ਗਿਆ, ਕਾਫੀ ਪੈਸਾ ਬਚ ਗਿਆ। ਠੀਕ ਹੈ, ਅਤੇ ਫਿਰ ਉਸ ਤੋਂ ਬਾਅਦ? ਉਸ ਤੋਂ ਬਾਅਦ ਫਿਰ ਜਿਵੇਂ ਮੇਰਾ ਬੈਂਕਿੰਗ ਦੇ ਵਿੱਚ ਰਹਿਣ ਕਰਕੇ NRIs ਨਾਲ ਜ਼ਿਆਦਾਤਰ ਸੀਗਾ ਸੰਬੰਧ, ਕਿਉਂਕਿ ਜ਼ਿਆਦਾਤਰ ਜਿਹੜਾ ਪੈਸਾ ਹੁੰਦਾ NRIs ਕੋਲ ਹੁੰਦਾ, ਉਹਨਾਂ ਦੇ ਪੈਸੇ ਨੂੰ ਪਹਿਲਾਂ ਟੇਕ ਕੇਅਰ ਕਰਦੇ ਸੀਗੇ, ਫਿਰ ਉਹਨਾਂ ਦੀਆਂ ਜ਼ਮੀਨਾਂ ਵੀ ਹੁੰਦੀਆਂ ਇੰਡੀਆ ਦੇ ਵਿੱਚ। ਕੁਛ ਨਾ ਗੱਲ ਕੀਤੀ ਵੀ ਤੁਸੀਂ ਕੀ ਕਰਦੇ ਹੋ, ਵੀ ਸਾਨੂੰ ਜ਼ਮੀਨ ਦਿਓ, ਵੀ ਅਸੀਂ ਕੁਛ ਤਜਰਬੇ ਕਰਨੇ ਨੇ। ਕੁਛ ਨੇ ਸਹਿਮਤੀ ਜਤਾਈ ਅਤੇ ਉੱਥੇ ਟਰਾਇਲ ਕਰਨੇ ਸ਼ੁਰੂ ਕੀਤੇ। ਟਰਾਇਲ ਕਰਦੇ 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 ਅੱਜ ਤਕਰੀਬਨ 150 ਕਿੱਲੇ 'ਤੇ ਅਸੀਂ 2 ਜਣੇ ਲੈ ਗਏ ਉਹ ਖੇਤੀ ਨੂੰ। ਉਹ NRI ਦੀ ਜ਼ਮੀਨਾਂ ਨੇ, ਉਹਨਾਂ ਨਾਲ ਮੰਨ ਲਓ ਅਸੀਂ 15 ਸਾਲ ਲਈ 20 ਸਾਲ ਲਈ ਬੌਂਡ ਕਰ ਲਿਆ ਵੀ ਅਸੀਂ ਇਹਦੇ ਵਿੱਚ ਜਿੰਨਾ ਚਿਰ ਬਾਗ ਚੱਲੂਗਾ ਵੀ ਅਸੀਂ ਇਹਦੀ ਤੁਹਾਨੂੰ ਜਿੰਨੀ ਜਾਪਤੀ ਤੁਹਾਡੀ ਬਣਦੀ ਆ ਉਹ ਤੁਹਾਨੂੰ ਅਸੀਂ ਦੇਵਾਂਗੇ ਤੁਹਾਡੇ ਏਰੀਏ ਦੇ ਮੁਤਾਬਕ ਜਿੰਨੀ ਇੱਥੇ ਚੱਲਦੀ ਹੈ। ਅਤੇ ਉਸ ਤੋਂ ਬਾਅਦ ਠੇਕਾ, ਮਤਲਬ ਜਿਹੜਾ ਠੇਕਾ ਜੋ ਵੀ ਠੇਕਾ ਤੁਹਾਡੇ ਏਰੀਏ ਦਾ ਚੱਲਦਾ ਹੋਊਗਾ, ਹੁਣ ਮੰਨ ਲਓ ਬਲਾਚੌਰ ਸਾਈਡ ਦੇ ਉੱਤੇ ਠੇਕਾ 15 ਤੋਂ 18 ਹਜ਼ਾਰ ਰੁਪਏ ਚੱਲਦਾ, ਉੱਥੇ ਇਸ ਰੇਟ ਦੇ ਵਿੱਚ ਸਾਡੇ ਕੋਲ ਬਾਗ ਨੇ, ਰੋਪੜ ਸਾਡੇ ਕੋਲ ਬਾਗ ਨੇ, ਉਹ ਤਕਰੀਬਨ ਉਹ ਵੀ ਆਲਮੋਸਟ 20 ਹਜ਼ਾਰ ਦੇ ਆਸ ਪਾਸ ਨੇ। ਕੁਛ ਬਾਗ ਮਹਿੰਗੇ ਰੇਟ 'ਤੇ ਵੀ ਲਾਏ ਹੋਏ ਨੇ, 50 ਹਜ਼ਾਰ ਰੁਪਏ ਇੱਕ ਲੜ ਵੀ ਹੈਗੇ ਨੇ। ਅੱਛਾ, ਕੀ ਬਾਤ ਹੈ! ਅਤੇ ਹੁਣ ਫਿਰ ਤੁਸੀਂ ਕਿੰਨੇ ਫਾਰਮਰ ਕਿੰਨੇ ਜੁੜੇ ਹੋਏ ਤੁਹਾਡੇ ਨਾਲ? ਇਹਦੇ ਨਾਲ ਨਾਲ ਫਿਰ ਮੰਨ ਲਓ ਕੁਛ ਫਾਰਮਰਾਂ ਨੇ ਇਹ ਕਿਹਾ ਵੀ ਤੂੰ ਕਰਦਾ ਅਸੀਂ ਵੀ ਕਰਨਾ, ਇਹ ਤੂੰ ਸਾਡੇ ਤੋਂ ਚਾਰਜ ਲੈ ਲਾ ਵੀ ਸਾਡਾ ਵੀ ਕਰਕੇ ਦੇ। ਫਿਰ ਕੀ ਕੀਤਾ, ਫਿਰ ਸੋਚਿਆ ਵੀ ਪੈਸੇ ਜ਼ਿਆਦਾ ਨਹੀਂ ਲੈਣੇ, ਸਿਰਫ ਨੋਮੀਨਲ ਚਾਰਜ ਦੇ ਉੱਤੇ ਫਾਰਮ ਸੈਟਅਪ ਕਰਕੇ ਦੇ ਦੇਣਾ। ਉਹਦੀ ਟੇਕ ਕੇਅਰ ਲਈ ਮੰਨ ਲਓ ਮੈਂ ਮੁੰਡੇ ਹਾਇਰ ਕਰ ਲਏ ਨੇ, BSc MSc ਮੇਰੇ ਕੋਲ ਮੁੰਡੇ ਨੇ ਜਿਹੜੇ ਮੰਨ ਲਓ ਟਾਈਮ ਟੂ ਟਾਈਮ ਵਿਜ਼ਿਟ ਬਾਈਦੀ ਹੈ ਜਾ ਕੇ ਫਾਰਮਰ ਦੇ, ਉਹਨੂੰ ਮੈਸੇਜ ਚਲੇ ਜਾਣਾ ਵੀ ਤੇਰੇ ਵਟਸਐਪ ਦੇ ਉੱਤੇ ਵੀ ਸਾਡਾ ਫਾਰਮਰ ਆ ਗਿਆ, ਅਤੇ ਆ ਸਾਡਾ ਜਿਹੜਾ ਹੈਗਾ ਇੰਪਲਾਈ ਆ ਗਿਆ, ਅਤੇ ਉਹਨੂੰ ਚੈੱਕ ਕਰ ਲੈਣਾ ਵੀ ਤੇਰੀ ਪ੍ਰੋਬਲਮ ਹੈਗੀ ਹੈ ਕਿ ਨਹੀਂ, ਜਾਂ ਉਹਨੂੰ ਕੁਝ ਲੱਗਦਾ ਵੀ ਮੇਰੇ ਪਲਾਂਟਸ ਦੀ ਪ੍ਰੋਬਲਮ ਤਾਂ ਉਹਨੇ ਸਾਨੂੰ ਫੋਟੋ ਸ਼ੇਅਰ ਕਰ ਦੇਣੀ ਆ, ਤਾਂ ਉਹਨੂੰ ਉਸੇ ਟਾਈਮ ਅਸੀਂ ਸੁਜੈਸ਼ਨ ਦੇ ਦੇਣੀ ਆ ਵੀ ਤੇਰਾ ਆਹ ਹੱਲ ਹੈ ਇਹਦਾ। ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਔਰਗੈਨਿਕ, ਕਿਉਂਕਿ ਅਸੀਂ ਜਿੱਥੇ ਆਪਾਂ ਖੜ੍ਹੇ ਹਾਂ ਇਹ ਵੀ ਖੇਤ ਵੀ ਪੰਜਾਬ ਐਗਰੋ ਤੋਂ ਸਰਟੀਫਾਈਡ ਖੇਤ ਆ, ਇਹ ਸਾਡੇ ਕੋਲ ਮੋਸਟਲੀ ਯਾਨੀ ਕਿ ਪੰਜਾਬ ਐਗਰੋ ਤੋਂ ਸਰਟੀਫਾਈਡ ਫਾਰਮਰ ਨੇ ਸਾਰੇ। ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਦੋਂ ਇੱਕ ਚੀਜ਼ ਔਰਗੈਨਿਕ ਪੈਦਾ ਕੀਤੀ ਜਾ ਸਕਦੀ ਹੈ ਉਹਦੇ 'ਚ ਕੈਮੀਕਲ ਨਾ ਪਾਇਆ ਜਾਵੇ, ਕਿਉਂਕਿ ਕੈਮੀਕਲ ਦਾ ਮੇਨ ਕਾਰਨ ਕੀ ਹੈ ਵੀ ਦੇਖੋ ਜੀ ਆਪਾਂ ਮੰਨ ਲਓ ਕੈਮੀਕਲ ਪਾਉਂਦੇ ਹਾਂ, ਮੰਨ ਲਓ ਡਾਇਆ ਪਾਉਂਦੇ ਹਾਂ, ਡਾਇਆ ਦਾ ਰੇਟ ਸਬਸਿਡੀ ਤੋਂ ਬਾਅਦ ਵੀ 12-1250 ਰੁਪਈਆ ਹੈਗਾ ਜੀ ਇੰਨਾ। ਹੁਣ 1 ਏਕੜ ਨੂੰ ਅਪਰੋਕਸੀਮੇਟ 2-3 ਕੁਇੰਟਲ 4 ਕੁਇੰਟਲ ਡਾਇਆ ਪੈ ਜਾਂਦਾ ਬਾਗ ਦੇ, ਜੇ ਬਾਗ ਦੇ ਵਿੱਚ ਆਪਾਂ ਗੱਲ ਕਰਦੇ 5 ਵੀ ਪੈ ਜਾਂਦਾ। ਹੁਣ ਜੇ 5 ਕੁਇੰਟਲ 10 ਹਜ਼ਾਰ ਰੁਪਏ ਦਾ ਡਾਇਆ ਹੀ ਪਾਤਾ, ਉਸ ਤੋਂ ਬਾਅਦ ਫਿਰ ਯੂਰੀਆ ਵੀ ਹੋਊਗਾ, ਫਿਰ ਕੈਮੀਕਲ ਵਾਲੀਆਂ ਸਪਰੇਹਾਂ ਵੀ ਹੋਣਗੀਆਂ, ਉਹ ਤਾਂ ਬਈ ਫਿਰ ਚੱਲਦਾ ਹੀ ਰਹਿੰਦਾ, ਉਹ ਚੱਲਦਾ ਹੀ ਰਹਿੰਦਾ। ਹੁਣ ਸਾਡੀ ਕੋਸ਼ਿਸ਼ ਇਹ ਹੁੰਦੀ ਆ ਬਈ ਔਰਗੈਨਿਕ ਕਰਾਇਆ ਜਾਵੇ, ਜਿਹਦਾ ਵੀ ਅਸੀਂ ਫਾਰਮ ਬਣਾਈਏ ਉਹਦਾ ਔਰਗੈਨਿਕ ਯੂਨਿਟ ਨਾਲ ਲਵਾਉਣੇ ਅਸੀਂ ਵਰਮਿੰਗ ਕੰਪੋਸਟ ਦਾ, ਉਹਨੂੰ ਵਰਮਿੰਗ ਕੰਪੋਸਟ ਬਣਾਉਣੀ ਸਿਖਾ ਦਈਦੀ ਆ, ਉਹਦੇ ਬੰਦੇ ਨੂੰ ਟ੍ਰੇਨ ਕਰ ਦਈਦਾ, ਉਰੇ ਬੁਲਾ ਲਈਦਾ, ਹਫ਼ਤਾ ਰੱਖੀਦਾ ਆਪਣੇ ਕੋਲ, ਉਹਨੂੰ ਦਿਖਾਈਦਾ ਵੀ ਕਿਵੇਂ ਇੱਥੇ ਕੰਮ ਕਰਨਾ ਬਾਗ ਦੇ ਵਿੱਚ, ਪੂਰਾ ਟ੍ਰੇਨਡ ਕਰਕੇ ਉਹਨੂੰ ਫਿਰ ਭੇਜ ਦਈਦਾ ਉਹਦੇ ਫਾਰਮ 'ਤੇ ਵੀ ਜੇ ਤੈਨੂੰ ਫਿਰ ਪ੍ਰੋਬਲਮ ਆ ਗਈ ਤਾਂ ਸਾਨੂੰ ਫੋਨ ਕਰ ਲਈ, ਨਹੀਂ ਅਦਰਵਾਈਜ਼ ਤੂੰ ਟ੍ਰੇਨ ਆ। ਸਾਡੀ ਕੋਸ਼ਿਸ਼ ਹੈ ਜਿੰਨੇ ਫਾਰਮਰ ਸਾਡੇ ਨਾਲ ਜੁੜੇ ਹੋਏ ਨੇ ਉਹਦੇ ਬੰਦੇ ਅਸੀਂ ਹਾਇਰ ਕਰਕੇ, ਕੋਸ਼ਿਸ਼ ਅਸੀਂ ਉਹ ਦਿੰਦੇ ਹਾਂ ਪਹਿਲੀ ਗੱਲ ਤਾਂ, ਕਿਉਂਕਿ ਕਿ ਬਾਗਬਾਨੀ ਰਿਲੇਟਡ ਬੰਦਾ ਮਿਲਦਾ ਨਹੀਂ ਛੇਤੀ ਛੇਤੀ ਕਿਸੇ ਨੂੰ, ਸਾਡੇ ਕੋਲ ਬੰਦੇ 16-17 ਬੰਦੇ ਤਾਂ ਮੇਰੇ ਕੋਲ ਹਰ ਸਮੇਂ ਚੱਲੀ ਜਾਂਦੇ ਨੇ, ਕਿਉਂਕਿ ਸਾਡੇ ਮਤਲਬ ਬਾਗਾਂ ਦੇ ਵਿੱਚ 1000 ਏਕੜ ਦੇ ਵਿੱਚ ਆਪਾਂ ਸਰਵਿਸ ਦੇ ਰਹੇ ਹਾਂ ਇਸ ਟਾਈਮ ਲੋਕਾਂ ਨੂੰ। ਟੋਟਲ 1000 ਏਕੜ ਸਾਡੇ ਤੋਂ ਬਿਨਾਂ, 150 ਏਕੜ ਸਾਡਾ ਹੋ ਗਿਆ, 1150 ਏਕੜ ਹੋ ਗਿਆ ਜਿਹਦੇ ਵਿੱਚ ਆਪਣੀ ਟੋਟਲ ਇਸ ਟਾਈਮ ਬਾਗ ਲੱਗਿਆ ਹੋਇਆ, ਅਤੇ ਉਹਨਾਂ ਨੂੰ ਮਤਲਬ ਸਾਰਾ ਸਿਖਾਉਣਾ ਕਿ ਕਿਹੜੀ ਸਪਰੇਅ ਕਰਨੀ ਆ। ਔਰਗੈਨਿਕ ਦੇ ਵਿੱਚ ਵੀ ਬਹੁਤ ਮੈਟਰ ਆ ਜਾਂਦਾ ਜਿਹੜਾ ਆਪਾਂ ਨੇ ਸਪਰੇਅ ਦੇ ਰੂਪ 'ਚ ਦੇਣਾ ਹੁੰਦਾ, ਜਿਹੜਾ ਦੇਣਾ ਮੰਨ ਲਓ ਇਨਜ਼ਾਈਮ ਤਿਆਰ ਕਰਕੇ ਦੇਣੇ ਨੇ, ਜਾਂ ਮੰਨ ਲਓ ਪੱਤਾ, ਜੇ ਆਪਾਂ ਪੱਤੇ ਦੀ ਗੱਲ ਕਰਦੇ ਹਾਂ, ਦੇਖੋ ਤੁਹਾਨੂੰ ਦਿਖਾਉਣਾ ਆ ਪੱਤਾ ਹਲਕਾ ਦੇਖੋ ਸ਼ਰਿੰਕ ਹੋ ਰਿਹਾ, ਮੁੜ ਰਿਹਾ, ਇਹਦਾ ਜਿਹੜਾ ਮੇਨ ਮਤਲਬ ਆ ਵੀ ਇਹਨੂੰ ਥੋੜ੍ਹੀ ਜਿਹੀ ਫੰਗਸ ਦੀ ਸ਼ਿਕਾਇਤ ਆ ਗਈ, ਹਲਕੀ ਜਿਹੀ ਫੰਗਸ ਦੀ ਸ਼ਿਕਾਇਤ ਆ। ਹੁਣ ਇਹਦੇ ਉੱਤੇ ਟ੍ਰਾਈਕੋਡਰਮਾ ਅਤੇ ਸੁਡੋਮਨਾਸੀ ਸਪਰੇਅ ਜ਼ਰੂਰੀ ਹੈ, ਐਸ ਬੀਕ ਦੇ ਵਿੱਚ ਇਹਦੇ ਉੱਤੇ ਆਪਾਂ ਸਪਰੇਅ ਕਰਾਂਗੇ ਹੁਣ ਇਹਨੂੰ। ਤੁਹਾਡੇ ਹੋਣ ਨਾਲ ਚਲੋ ਮੈਂ ਵੀ ਨਿਗਾਹ ਵੱਜ ਗਈ, ਮੇਰੀ ਵੀ ਥੋੜ੍ਹੀ ਸਪਰੇਅ ਦੀ ਜ਼ਰੂਰਤ ਹੈ, ਫਾਇਦਾ ਕਰਤਾ ਤੁਸੀਂ। ਇਹ ਇਹਦੇ 'ਚ ਦੂਸਰਾ ਵੇਸਟ ਡੀਕੰਪੋਜ਼ਰ ਵੀ ਛਿੜਕਿਆ ਜਾ ਸਕਦਾ? ਹਾਂਜੀ ਹਾਂਜੀ, ਅਸੀਂ ਟਾਈਮ ਟੂ ਟਾਈਮ ਵੇਸਟ ਡੀਕੰਪੋਜ਼ਰ ਪਾਉਂਦੇ ਹਾਂ, ਜੀਵ ਅੰਮ੍ਰਿਤ ਪਾਉਂਦੇ ਹਾਂ, ਉਸ ਤੋਂ ਬਾਅਦ ਬਹੁਤ ਬਈ ਜਿਹੜੇ ਸੂਡੋਮਨਾਸ ਅਤੇ ਉਹ ਟ੍ਰਾਈਕੋਡਰਮਾ ਇਹ ਥੋੜ੍ਹੇ ਜਿਹੇ ਮਹਿੰਗੇ ਆ ਯਾਰ। ਨਹੀਂ ਵੀਰ ਜੀ, ਇਹ ਇੱਕ ਵਾਰ ਬਾਏ ਕਰਨੇ ਨੇ, ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਮਲਟੀਪਲਾਈ ਕਰ, ਅਸੀਂ ਅਸੀਂ ਕਿਸੇ ਨੂੰ ਵੇਸਟ ਡੀਕੰਪੋਜ਼ਰ ਨੂੰ ਕਰਦੇ ਹਾਂ ਉਸੇ ਤਰ੍ਹਾਂ ਸਾਡੇ, ਅਸੀਂ ਖੁਦੇ ਜਾਗ ਦੇਣੀ, ਅਸੀਂ ਕਿਸੇ ਨੂੰ ਮੁੱਲ ਨਹੀਂ ਦਿੰਦੇ ਲੈਣ ਨੂੰ ਕਹਿੰਦੇ, ਸਾਡੀ ਕੋਸ਼ਿਸ਼ ਹੁੰਦੀ ਸਾਡੇ ਕੋਲ ਹਰੇਕ ਚੀਜ਼ ਦਾ ਜਾਗ ਅਵੇਲੇਬਲ ਆ, ਅਸੀਂ ਅਗਲੇ ਨੂੰ ਉੱਥੇ ਮਲਟੀਪਲਾਈ ਕਰਨਾ ਸਿਖਾਉਂਦੇ ਹਾਂ ਵੀ ਤੁਸੀਂ ਇਹਨੂੰ ਕਿੱਦਾਂ ਵਧਾ ਸਕਦੇ ਹੋ। ਤੁਹਾਡੇ ਕੋਲ ਮਤਲਬ ਇਹ ਪਿਆ ਹੈ? ਸਾਡੇ ਕੋਲ ਸਾਰਾ ਕੁਝ ਹੈਗਾ ਜੀ, ਤੁਸੀਂ A to Z ਜੋ ਵੀ ਇਨਜ਼ਾਈਮ ਖੇਤ ਦੇ ਵਿੱਚ ਚਾਹੀਦਾ ਸਾਡੇ ਕੋਲ ਸਾਰਾ ਅਵੇਲੇਬਲ ਹੈ। ਉਹ ਅਸੀਂ ਮਤਲਬ ਫਾਰਮਰ ਨੂੰ ਜਿਹੜੀ ਚੀਜ਼, ਅਸੀਂ ਪਹਿਲੀ ਗੱਲ 11 ਡਰੰਮ ਦਿੰਦੇ ਹਾਂ ਪਹਿਲੇ ਦਿਨ 'ਤੇ, ਉਹਨੂੰ
ਕਿਉਂਕਿ ਜੇ ਆਪਾਂ ਕਿਸਾਨ ਨੂੰ ਸਿਖਾਵਾਂਗੇ ਵੀ ਔਰਗੈਨਿਕ ਹੋਣਾ ਕਿਵੇਂ ਉਹ ਤਾਂ ਹੀ ਕਰ ਪਾਊਗਾ ਕਿਉਂਕਿ ਉਹਦੇ ਲਈ ਨਵੀਂ ਚੀਜ਼ ਹੈ ਚਾਹੇ ਸਾਨੂੰ 9-10 ਸਾਲ ਹੋ ਗਏ ਪਰ ਉਹਦੇ ਲਈ ਤਾਂ ਜਮੀ ਨਵਾਂ ਬੰਦੇ ਨੂੰ ਹੌਲੀ ਹੌਲੀ ਪਤਾ ਲੱਗੂਗਾ ਹਾਂ ਹੌਲੀ ਹੌਲੀ ਪਤਾ ਲੱਗੂਗਾ ਸਹੀ ਗੱਲ ਇਹ ਬਾਈ ਤੁਸੀਂ ਜਿਵੇਂ ਤੁਹਾਡਾ ਮੇਨ ਜਿਹੜਾ ਹੈਗਾ ਉਹ ਨਿੰਬੂ ਹੈ ਨਿੰਬੂ ਤੋਂ ਸ਼ੁਰੂਆਤ ਨਿੰਬੂ ਤੋਂ ਹੋਈ ਸੀ ਨਿੰਬੂ ਤੋਂ ਸ਼ੁਰੂਆਤ ਕੀਤੀ ਤੁਸੀਂ ਪਿਛਲੇ ਜੇ ਦਿਨਾਂ ਦੇ ਵਿੱਚ ਤਾਂ ਮੇਰੇ ਚਾਂਦੀ ਹੋ ਗਈ ਬਹੁਤ ਇਹ ਸਮਝ ਨਹੀਂ ਹੋ ਗਿਆ 10 ਸਾਲਾਂ ਦੇ ਵਿੱਚ ਕੋਈ 1 ਸਾਲ ਇਹੋ ਜਿਹਾ ਆਉਂਦਾ ਹੁੰਦਾ ਵੀ ਜਦੋਂ ਫਾਰਮਰ ਜਿਵੇਂ ਕਹਿੰਦੇ 11 ਸਾਲਾਂ ਬਾਅਦ ਰੱਬ ਰੂੜੀ ਦੀ ਸੁਣ ਲੈਂਦਾ ਉਹ ਵੀ 11 ਸਾਲਾਂ ਬਾਅਦ ਇਹ ਸਾਡਾ ਰੇਟ ਮਿਲ ਗਿਆ ਸਾਨੂੰ ਚਾਹੇ ਪੂਰੇ ਸਾਲ ਵੈਸੇ ਵੀ ਨਿੰਬੂ ਦੀ ਮਤਲਬ ਜਿਹੜੀ ਹੈਗੀ ਆ ਫਸਲ ਇਹ 10 ਰੁਪਏ ਕਿਲੋ ਵੀ ਵਿਕ ਜਾਵੇ ਨਾ ਤਾਂ ਵੀ ਫਾਰਮਰ ਟ੍ਰੈਡੀਸ਼ਨਲ ਫਸਲਾਂ ਨਾਲੋਂ 10 ਗੁਣਾ ਉੱਪਰ ਹੁੰਦਾ ਐਤਕੀ ਦਾ ਰੇਟ 200 ਤੋਂ ਪਲੱਸ ਵਾਲਾ ਸੀਗਾ ਮੰਨ ਲਓ 10 ਕੁਇੰਟਲ ਦਾ ਮੇਰਾ ਨਿੰਬੂ ਏਦਾਂ ਹੀ ਦਿੱਤਾ ਹੋਊਗਾ ਆਪਾਂ ਫਰੈਂਡ ਸਰਕਲ ਦੇ ਵਿੱਚ ਨਾ ਆਪਾਂ ਮਨਾ ਕਰ ਸਕਦੇ ਦੇਣੀ ਆ ਤਾਂ ਸਰਕਲ ਆਪਣਾ ਹੋ ਜਾ ਉਹ ਚਲੋ ਹੁਣ ਐਪਲ ਸੀਗਾ ਜਿਵੇਂ ਤੁਹਾਨੂੰ ਮੈਂ ਤੁਹਾਨੂੰ ਵੀ ਜਾਂਦੇ ਹੋਏ ਦਿਖਾਉਣਾ ਐਪਲ ਐਪਲ ਵੀ ਅਸੀਂ ਇਸ ਵਾਰ ਸਾਰਾ ਦੋਸਤਾਂ ਮਿੱਤਰਾਂ ਨੂੰ ਭੇਜਿਆ ਵੀ ਭਾਈ ਟੇਸਟ ਕਰੋ ਸਾਤੋਂ ਨਾ ਲਾਓ ਆਪਣੇ ਘਰ 2-4 ਪਲਾਂਟ ਲਾਓ ਤਾਂ ਕਿ ਤੁਸੀਂ 2 ਸਾਲਾਂ ਬਾਅਦ ਤੁਹਾਡੀ ਘਰੇ ਹੋ ਜਾਵੇ ਸਾਡਾ ਮਕਸਦ ਇਹ ਆ ਵੀ ਸਾਡਾ ਕੁਛ ਬਸ ਚਸਕਾ ਲਾਈ ਉਹਨੂੰ ਹਰੇਕ ਤਰ੍ਹਾਂ ਦਾ ਫਰੂਟ ਲਾ ਲਓ ਵੀ ਤੁਸੀਂ ਜਿਹੜਾ ਬਾਕੀ ਵੀ ਜਗ੍ਹਾ 'ਤੇ ਲਾਇਆ ਹੋਇਆ ਗਾ ਉਹ ਨਿੰਬੂ ਹੀ ਹੈ ਸਿਰਫ ਜਾਂ ਨਹੀਂ ਸਾਡੇ ਕੋਲ ਸੰਤਰਾ ਜੀ ਮਸੰਮੀ ਮਾਲਟਾ ਅੰਬ ਬੇਰ ਅੰਗੂਰ ਆਲਮੋਸਟ ਜਿੰਨੀਆਂ ਪੰਜਾਬ 'ਚ ਕਰੋਪ ਲੱਗ ਸਕਦੀ ਉਦੋਂ ਵੀ ਉੱਪਰ ਲੱਗੀਆਂ ਸਾਡੇ ਕੋਲ ਜੇ ਤੁਸੀਂ ਬਾਗ ਦੇਖੇ ਨੇ ਉਸ ਤੋਂ ਉੱਪਰ ਬਾਗ ਸਾਡੇ ਕੋਲ ਆਲਰੇਡੀ ਹੈਗੇ ਅੰਜੀਰ ਸਾਡੇ ਕੋਲ 25 ਕਿੱਲੇ ਅੰਜੀਰ 'ਤੇ ਲੱਗੇ ਹੋਏ ਨੇ ਹਾਂਜੀ 25 ਏਕੜ ਇਸ ਤਰ੍ਹਾਂ ਸਾਡੇ ਕੋਲ 40-45 ਕਿੱਲੇ ਅਮਰੂਦ ਦੇ ਲੱਗੇ ਹੋਏ ਨੇ ਅਲੱਗ ਅਲੱਗ ਵਰਾਇਟੀ ਦੇ ਲੱਗੇ ਹੋਏ ਨੇ ਇਸ ਤੋਂ ਇਲਾਵਾ ਹੋਰ ਬਹੁਤ ਕੁਛ ਆ ਜੀ ਔਰਗੈਨਿਕ ਦੇ ਵਿੱਚ ਜਿਵੇਂ ਇਸ ਵਾਰ ਅਸੀਂ ਔਰਗੈਨਿਕ ਗੁੜ ਤਿਆਰ ਕੀਤਾ ਸੀਗਾ ਉਹ ਗੁੜ ਸੇਲ ਕੀਤਾ ਪੰਜਾਬ ਐਗਰੋ ਨੇ ਹੈਲਪ ਕੀਤੀ ਉਹਦੇ ਲਈ ਸੇਲ ਕਰਨ ਲਈ ਉਸ ਤੋਂ ਬਿਨਾਂ ਜੂਸ ਗੰਨੇ ਦਾ ਜੂਸ ਸਾਡਾ ਹੁਣ ਵੀ ਚੱਲ ਰਿਹਾ ਕਿਉਂਕਿ ਅਸੀਂ ਐਸੋਸੀਏਸ਼ਨ 'ਚ ਕੰਮ ਕਰਦੇ ਹਾਂ ਤੁਸੀਂ ਜਦੋਂ ਇੱਧਰੋਂ ਜਾਓਗੇ ਨਾ 8 ਕਿਲੋਮੀਟਰ ਤੋਂ ਇੱਧਰੋਂ ਅੱਗੇ ਸਾਹਮਣੇ ਬਲੋਲਪੁਰ ਦਾ ਪੁਲ ਆਉਂਦਾ ਉੱਥੇ ਸਾਡਾ ਆਊਟਲੈਟ ਇੱਕ ਅੱਜ ਵੀ ਚੱਲਦਾ ਉੱਥੇ ਲਿਖਿਆ ਹੋਊਗਾ ਔਰਗੈਨਿਕ ਜੂਸ ਉਹ ਆਲਮੋਸਟ ਅਸੀਂ 11-12 ਮਹੀਨੇ ਦਿਆ ਕਰਾਂਗੇ ਹਰ ਸਾਲ ਐਤਕੀ 1 ਆ ਅਗਲੇ ਸਾਲ ਨੂੰ ਉਹਦੇ ਨਾਲ ਦੇ ਤੁਹਾਨੂੰ 50 ਮਿਲਣਗੇ ਪੂਰੇ ਪੰਜਾਬ 'ਚ ਸਾਡੇ ਅਸੀਂ ਉਹਨੂੰ ਸਪਰੈਡ ਕਰ ਰਹੇ ਹਾਂ ਚੀਜ਼ ਨੂੰ ਵੀ ਸਾਡਾ ਮਤਲਬ ਗੰਨਾ ਸਾਨੂੰ ਕਿਤੋਂ ਬਾਏ ਨਹੀਂ ਕਰਨਾ ਅਸੀਂ ਖੁਦ ਬੀਜਣ ਸਾਰਾ ਸਾਲ ਅਸੀਂ ਉਸ ਗੰਨੇ ਨੂੰ ਜੇ ਉਹਦੀ ਕੈਲਕੂਲੇਸ਼ਨ ਆਪਾਂ ਸਮਝਾਉਂਦੇ ਹਾਂ ਫਾਰਮਰ ਨੂੰ ਫਾਰਮਰ ਦੇ ਪੱਲੇ ਨਹੀਂ ਪੈਂਦੀ ਅਸੀਂ ਤਾਂ ਬਹੁਤ ਕਹਿੰਦੇ ਹਾਂ ਵੀ ਇੱਕ ਬੰਦਾ ਜਿਹੜਾ 20,000-25,000 ਦੀ ਨੌਕਰੀ ਕਰਦਾ ਇੱਕ ਪਾਸੇ ਸਾਡਾ ਉਹ ਬੰਦਾ ਖੜਾ ਅਸੀਂ 9 ਪੈਸੇ ਉਹ ਬੰਦੇ ਨੂੰ ਦਿੰਦੇ ਹਾਂ ਉਹਨੂੰ ਤਕਰੀਬਨ ਅਸੀਂ 500 ਰੁਪਇਆ ਪਰ ਡੇ ਦਾ ਦੇ ਰਹੇ ਹਾਂ ਜਿਹੜਾ ਬੰਦਾ ਸਾਡਾ ਸੇਲ ਕਰ ਰਿਹਾ ਇੱਥੇ ਹੁਣ ਜੇ ਸਾਡੀ ਤੁਸੀਂ ਦੇਖ ਰਹੇ ਹੋ ਵੀ ਸਾਨੂੰ ਕਿੰਨਾ ਬਚਦਾ ਤਾਂ ਸਾਨੂੰ 1 ਕੁਇੰਟਲ ਮਤਲਬ ਗੰਨਾ ਹੈ ਉਹਦੇ ਵਿੱਚੋਂ 60 ਕਿਲੋ ਤੋਂ 70 ਕਿਲੋ ਜੂਸ ਨਿਕਲਦਾ ਸਾਡਾ ਉਹ ਜੂਸ 4500-4600 ਰੁਪਏ ਦਾ ਵਿਕਦਾ ਹੁਣ ਤੁਸੀਂ ਜੇ ਆਪਾਂ ਇਹਨੂੰ ਉਹਨੂੰ ਜਾ ਕੇ ਬੁੱਢੇ ਵਾਲੇ ਮਿਲ 'ਚ ਵੇਚਣਾ ਹੋਵੇ ਤਾਂ ਉਹ 350 ਰੁਪਏ ਦਾ ਵਿਕ ਰਿਹਾ ਉਹਦੇ ਉੱਤੇ ਵੀ ਮੇਰੀ 50 ਰੁਪਏ ਲੇਬਰ ਪੈ ਰਹੀ ਹੈ ਇੱਥੇ ਮੇਰੀ ਕੋਈ ਲੇਬਰ ਨਹੀਂ ਪੈ ਰਹੀ ਮੇਰਾ ਉਹੀ ਬੰਦਾ ਜਿਹਨੇ ਉੱਥੇ ਸਟਾਲ ਲਾਈ ਸੀ ਉਹਨੇ ਵੱਢ ਕੇ ਲੈ ਜਾਣਾ ਸਾਫ਼ ਕਰਕੇ ਲੈ ਗਿਆ ਉਹ ਉਸੇ ਬੰਦੇ ਨੇ ਉੱਥੇ ਸੇਲ ਕਰਤਾ ਉਹ ਮੈਨੂੰ 4500 ਰੁਪਏ ਦੇ ਰਿਹਾ ਉਹ ਤੋਂ ਘੁਮਾ ਕੇ ਜੇ ਉਹਨੂੰ ਮੈਂ 500-600 ਰੁਪਏ ਵੀ ਦੇ ਦੂੰਗਾ ਤਾਂ ਵੀ ਮੇਰੇ ਲਈ ਪਲੱਸ ਪੁਆਇੰਟ ਆ ਉਹ ਕਹਿਣ ਦਾ ਮਤਲਬ ਵੀ ਖੇਤੀ ਦੇ ਨਾਲ ਨਾਲ ਤਕਨੀਕ ਹੈ ਹਨਾ ਸਹਾਇਕ ਧੰਦੇ ਜ਼ਰੂਰੀ ਨੇ ਅਸਲ 'ਚ ਨਾ ਵੇਚਣ ਆਉਣਾ ਚਾਹੀਦਾ ਹਾਂ ਤੁਹਾਨੂੰ ਮਤਲਬ ਮੇਰੀ ਪ੍ਰੋਫਾਈਲ ਕੀ ਸੀ ਮੈਂ ਇਹੀ ਤਾਂ ਕੰਮ ਕਰਦਾ ਸੀ ਜੋਬ ਦੇ ਵਿੱਚ ਉਸੇ ਚੀਜ਼ ਵੇਚਦੇ ਤਾਂ ਸੀਗੇ ਹੁਣ ਉਸੇ ਚੀਜ਼ ਨੂੰ ਅਸੀਂ ਖੇਤੀ ਲਈ ਵਰਤ ਰਹੇ ਹਾਂ ਹੁਣ ਮੈਂ 20 ਕੰਟਰੀਆਂ ਵਿਜ਼ਿਟ ਕੀਤੀਆਂ ਨੇ ਮੰਨ ਲਓ ਜੋਬ ਦੇ ਦੌਰਾਨ ਉੱਥੇ ਅਸੀਂ ਟਾਰਗੇਟ ਪੂਰੇ ਕਰਕੇ ਵਿਜ਼ਿਟ ਕੀਤੀ ਹੈ ਪਰ ਉਹਦੇ ਨਾਲ ਅਸੀਂ ਸਿੱਖੇ ਬਹੁਤ ਕੁਛ ਆ ਵੀ ਤੁਸੀਂ ਕਿਸੇ ਬੰਦੇ ਤੋਂ ਕੰਮ ਕਰਾਉਣਾ ਕਿਵੇਂ ਆਪਾਂ ਨੂੰ ਬਈ ਇਹਦੇ 'ਚ ਵੀ ਟਾਰਗੇਟ ਰੱਖਣੇ ਚਾਹੀਦੇ ਕਿ ਨਹੀਂ ਅਸੀਂ ਇਹਦੇ ਵਿੱਚ ਟਾਰਗੇਟ ਰੱਖੇ ਹੋਏ ਨੇ ਹੁਣ ਅਸੀਂ ਮੰਨ ਲਓ ਇਨਸੈਂਟਿਵ ਦਿੰਦੇ ਜਿਹੜੇ ਸਾਡੇ ਬੰਦੇ ਰੱਖੇ ਹੋਏ ਨੇ ਵੀ ਜੇ ਉਹ ਇੰਨਾ ਸਾਡਾ ਕੰਮ ਕਰਕੇ ਦਿੰਦੇ ਆ ਅਸੀਂ ਪ੍ਰੋਪਰ ਚੈਨਲ ਉਹਨੂੰ ਕਾਪੀ ਕਰਕੇ ਇੱਥੇ ਲਾਤਾ ਖੇਤੀ ਦੇ ਵਿੱਚ ਜਿਵੇਂ ਨੋਰਮਲ ਬੰਦਾ ਮੰਨ ਲਓ ਖੇਤੀ ਕਰ ਰਿਹਾ ਉਹ ਖੇਤੀ ਦੇ ਉਹ ਕਿੰਨਾ ਕਮਾਉਂਦਾ 70,000-80,000 ਰੁਪਈਆ ਸਾਡੇ ਤਰੀਕੇ ਨਾਲ ਬੰਦਾ 3 ਲੱਖ ਤੋਂ ਪਲੱਸ ਪਲੱਸ ਵਾਲਾ ਹੀ ਹੈ 13,15,25,28,00,000 ਤੱਕ ਵੀ ਕੱਢ ਗਏ ਬੰਦੇ ਜਿਹੜੇ ਕੱਢਣ ਵਾਲੇ ਨੇ ਮੰਨ ਲਓ ਜੀ ਐਪਲ ਦੀ ਤੁਸੀਂ ਕੈਲਕੂਲੇਸ਼ਨ ਲਾਓਗੇ ਤਾਂ ਉਹ 18 ਲੱਖ ਪਲੱਸ ਦੀ ਆ ਇਸ ਸਾਲ ਦੇ ਹਿਸਾਬ ਨਾਲ ਉਹਦੀ ਕਿੰਨੀ ਕੁ ਪ੍ਰੋਡਕਸ਼ਨ ਹੋ ਜਾਂਦੀ ਪ੍ਰੋਡਕਸ਼ਨ ਸਾਡਾ 30 ਸਾਲ 'ਚ ਸੀਗਾ ਸਾਡਾ 20 ਕਿਲੋ ਐਵਰੇਜ ਰਿਹਾ ਅੱਛਾ 20 ਕਿਲੋ ਰਿਹਾ ਅਤੇ ਸਾਡਾ 150 ਨੂੰ ਸਾਰਾ ਹੋਲਸੇਲ ਕੀਤਾ 150 ਰੁਪਏ ਦੇ ਹਿਸਾਬ ਨਾਲ ਸਾਰੇ ਸਾਰਾ ਐਪਲ 150 ਰੁਪਏ ਯਾਨੀ 1 ਪਲਾਂਟ 3,000 ਦਾ 600 ਪਲਾਂਟ ਲੱਗਿਆ ਹੋਇਆ 600 ਨੂੰ ਗੁਣਾ ਮਾਰ ਲਓ ਹੁਣ ਤੁਸੀਂ 18 ਲੱਖ ਰੁਪਏ ਬਣਦਾ ਸਹੀ ਗੱਲ ਹੈ ਕਿਆ ਬਾਤ ਹੈ ਅਤੇ ਬਾਕੀ ਜੀ ਆਪਾਂ ਜਿੱਥੇ ਹੁਣ ਖੜ੍ਹੇ ਹਾਂ ਜੀ ਮੈਂ ਮੁਰਗੀਆਂ ਦੀ ਗੱਲ ਕਰਦੇ ਹਾਂ ਇਹਨਾਂ ਦਾ ਕੰਸੈਪਟ ਕੀ ਸੀਗਾ ਵੀ ਡੀਵੀਡਿੰਗ ਦੀ ਪ੍ਰੋਬਲਮ ਸੀਗੀ ਬਹੁਤ ਫਾਰਮਰਾਂ ਨੂੰ ਵੀ ਘਾਹ ਨੂੰ ਆਪਾਂ ਕੰਟਰੋਲ ਕਿੱਦਾਂ ਕਰਨਾ ਉਹਨੂੰ ਕੰਟਰੋਲ ਕਰਨ ਲਈ ਜੇ ਆਪਾਂ ਵਾਰ ਵਾਰ ਲੇਬਰ ਲਾਉਂਦੇ ਹਾਂ ਤਾਂ ਖਰਚਾ ਪੈਂਦਾ ਕਿਉਂਕਿ ਔਰਗੈਨਿਕ ਹੈ ਜੇ ਸਪਰੇਅ ਮਾਰ ਨਹੀਂ ਸਕਦੇ ਆਪਾਂ
ਕਿਉਂਕਿ ਪਹਿਲੀ ਕੰਡੀਸ਼ਨ ਹੈ ਵੀ ਸਪਰੇਅ ਤਾਂ ਕੋਈ ਵੱਜਣੀ ਨਹੀਂ ਹੈਗੀ, ਸਪਰੇਅ ਮਾਰ ਕੇ ਫੂਕ ਤਾਂ ਉਹ ਕੰਮ ਤਾਂ ਹੈ ਨਹੀਂ ਹੈ, ਇਹ ਮੈਨੂਅਲ ਕਰਨਾ ਪੈਣਾ। ਉਦੋਂ ਮੈਨੂਅਲ ਨੂੰ ਦੇਖਦੇ ਹੋਏ ਅਸੀਂ ਕਨਸੈਪਟ ਲਿਆਉਂਦਾ ਵੀ ਇਹਦੇ ਵਿੱਚ ਮੁਰਗੇ ਛੱਡੇ ਜਾਣ, ਟਰਾਇਲ ਕਰਕੇ ਦੇਖਿਆ, ਟਰਾਇਲ ਸਾਡਾ ਕਾਮਯਾਬ ਰਿਹਾ। ਉਸ ਤੋਂ ਬਾਅਦ ਇਹ ਟਰਾਇਲ ਨੂੰ ਅਸੀਂ ਅੱਗੇ ਕਾਫੀ ਜਗ੍ਹਾ ਸਪਰੈਡ ਕਰਤਾ, ਹੋਰ ਕਿਸਾਨਾਂ ਨੂੰ, ਹਾਂ ਹੋਰ ਕਿਸਾਨਾਂ ਨੂੰ ਵੀ ਦਿੱਤਾ। ਹੁਣ ਇਹਦਾ ਫਾਇਦਾ ਕੀ ਹੈ, ਇਹਦੇ ਵਿੱਚ ਆਹ ਤੁਸੀਂ ਨਿਗਾਹ ਮਾਰੋਗੇ ਬਾਜਰਾ ਥੱਲੇ ਪਿਆ, ਬਾਜਰਾ ਪਿਆ ਨਾ ਥੱਲੇ, ਦੇਖ ਕੁਤਰ ਕੇ ਅਸੀਂ ਬਾਜਰਾ ਸਾਰਾ ਥੱਲੇ ਸਿੱਟਿਆ ਹੋਇਆ। ਇਹ ਬਾਜਰਾ ਜਿਹੜਾ ਹੈਗਾ ਇਹ ਸਾਡਾ ਆਪਣੇ ਬੀਜੇ ਆ, ਸੁਪਰ ਨੇਪੀਅਰ ਬਾਜਰਾ ਹੈ, ਸਾਡੀ ਫੀਡ ਦੀ 70% ਯਾਨੀ ਕਿ ਇਹ ਕੋਸਟ ਪੂਰੀ ਕਰ ਦਿੰਦਾ, ਅਸੀਂ ਬਾਕੀ ਜਿਹੜਾ 20-25% ਆ ਉਹ ਅਜੋਲੇ ਤੋਂ ਪੂਰਾ ਕਰਦੇ, ਜਿਹੜਾ ਤੁਸੀਂ ਦੇਖਿਆ ਸੀਗਾ ਘਰੇ। ਉਸ ਤੋਂ ਬਾਅਦ ਸਾਡੇ ਕੋਲ ਜੀਰੀ ਦਾ ਜਿਹੜਾ ਮਤਲਬ ਮੰਡੀ ਦੇ ਵਿੱਚ ਜੀਰੀ ਹੁੰਦੀ ਆ, ਉਹ ਜੀਰੀ ਦਾ ਅਸੀਂ ਜਿਹੜੀ ਮਤਲਬ ਬਰੀਕ ਕਣੀ ਹੁੰਦੀ ਆ ਉਹ 12-13 ਰੁਪਏ ਕਿਲੋ ਮਿਲ ਜਾਂਦੀ ਆ, ਉਹ ਅਸੀਂ ਥੋੜ੍ਹੀ ਜਿਹੀ ਲੈ ਕੇ ਰੱਖ ਲੈਂਦੇ ਹਾਂ, ਜਾਂ ਕਣਕ ਦੇ ਸੀਜ਼ਨ ਦੇ ਵਿੱਚ ਅਸੀਂ ਗੁੱਲੀ ਡੰਡਾ ਜਾਂ ਬਰੀਕ ਕਣਕ ਉਹ ਅਸੀਂ ਲੈ ਕੇ ਰੱਖ ਲੈਂਦੇ। ਉਸ ਤੋਂ ਬਿਨਾਂ ਅਸੀਂ ਇਹਨੂੰ ਕੁਝ ਨਹੀਂ ਪਾਉਂਦੇ ਹੈਗੇ, ਯਾਨੀ ਕਿ ਸਿੰਪਲ ਜਿਹੜੀ ਫੀਡ ਲੋਕ 20-25 ਰੁਪਏ ਵਾਲੀ ਪਾਉਂਦੇ ਨੇ ਉਹ ਸਾਡਾ ਮਤਲਬ 15 ਰੁਪਏ ਵਾਲਾ ਹੁੰਦਾ, ਉਹ ਵੀ ਸਾਡਾ 25-30% ਹੁੰਦਾ, ਲੱਗਦਾ ਤਾਂ ਉਹੀ ਰੇਟ ਹੈ ਨਾ, ਨਹੀਂ ਸਾਡਾ ਰੇਟ ਜ਼ਿਆਦਾ ਹੁੰਦਾ, ਅੱਛਾ ਜ਼ਿਆਦਾ ਹੁੰਦਾ, ਸਾਡਾ ਰੇਟ ਜ਼ਿਆਦਾ ਹੈ ਕਿਉਂਕਿ ਇਹ ਇੱਕ ਔਰਗੈਨਿਕ ਤਰੀਕੇ ਨਾਲ ਤਿਆਰ ਹੋਇਆ ਹੋਇਆ ਗਿਆ, ਕਿਉਂਕਿ ਇਹਦੇ ਵਿੱਚ ਨਾ ਤਾਂ ਕੋਈ ਕੈਮੀਕਲ ਐਡ ਹੋਇਆ ਨਾ ਕੋਈ ਹੋਰ ਐਡ ਕੀਤਾ। ਸਾਡੇ ਕੋਲੋਂ ਕੌਣ ਲੈ ਰਿਹਾ, ਸਾਡੇ ਕੋਲ ਲੈ ਰਹੇ ਨੇ ਡਾਕਟਰ, DMC ਦੇ, CMC ਦੇ ਅਪੋਲੋ ਸਾਡੇ ਨਾਲ ਡਾਕਟਰ ਨਾਲ ਜੁੜੇ ਹੋਏ। ਉਦੋਂ ਅਸੀਂ ਹਰ ਵੀਕ ਮੰਨ ਲਓ ਲੁਧਿਆਣੇ ਭੇਜਦੇ ਹਾਂ, ਚੰਡੀਗੜ੍ਹ ਭੇਜਦੇ ਹਾਂ, ਜਲੰਧਰ ਭੇਜਦੇ ਹਾਂ, ਸਾਡੇ ਨਾਲ ਇੰਡਸਟਰੀ ਦੋਨੇ ਚੀਜ਼ਾਂ ਜੀ, ਮੀਟ ਵੀ ਜਾਂਦਾ ਅਤੇ ਐੱਗ ਵੀ ਜਾਂਦਾ। ਹੁਣ ਇੱਕ ਦਿਨ ਦੇ ਵਿੱਚ ਤਕਰੀਬਨ ਆਪਣੇ ਕੋਲ, ਹੁਣ ਤਾਂ ਚਲੋ ਮੁਰਗੀਆਂ ਆਪਾਂ ਸੇਲ ਆਊਟ ਕਰਤੀਆਂ ਨਵੀਆਂ ਪੈਣੀਆਂ ਨੇ, ਸਾਡੇ ਕੋਲ 500 ਅੰਡਾ ਹੁੰਦਾ ਸੀ ਰੋਜ਼ ਦਾ, 500 ਅੰਡਾ ਹੁੰਦਾ ਸੀ, ਉਹ ਸਾਡਾ 15 ਰੁਪਏ ਨੂੰ ਵਿਕਦਾ ਸੀਗਾ। ਹੁਣ ਤੁਸੀਂ ਕੈਲਕੂਲੇਸ਼ਨ ਲਾ ਲਓ ਵੀ ਕਿੰਨੀ ਇੱਕ ਦਿਨ ਦੀ ਇਨਕਮ ਰਹੀ ਹੈ ਸਾਡੀ ਸਾਰੇ ਸਾਲ ਦੀ, ਤੁਸੀਂ ਮੰਨ ਕੇ ਚਲੋ ਵੀ ਤੁਸੀਂ 200 ਅੰਡਾ ਸਾਰੇ ਸਾਲ ਦੀ ਕੈਲਕੂਲੇਸ਼ਨ ਚਲਾ ਲਓ, ਕਿਉਂਕਿ ਕਦੇ ਘੱਟ ਗਈਆਂ ਕਦੇ ਵੱਧ ਗਈਆਂ, ਜੇ 200 ਅੰਡਾ ਵੀ ਤਾਂ 3000 ਰੁਪਏ ਦੀ ਯਾਨੀ ਕਿ ਪਰ ਡੇ ਦੀ ਇਨਕਮ ਇਸ ਚੀਜ਼ ਤੋਂ ਵੀ ਕੱਢੀ ਜਾ ਸਕਦੀ ਹੈ। ਜੇ ਮੰਨ ਲਓ 60 ਹਜ਼ਾਰ ਰੁਪਏ ਮਹੀਨਾ ਹੋ ਗਿਆ ਇੱਕ ਜੋਬ ਵਾਲੇ ਦੇ ਬਰਾਬਰ, ਤਾਂ ਇੰਨੀ ਉਹ ਚੀਜ਼ ਲੈਗੀ ਹਜੇ ਤਾਂ, ਜਦ ਕਿ ਆ ਨਿੰਬੂ ਦੀ ਕਰੋਪ ਅਲੱਗ ਖੜੀ ਆ ਜੀ, ਠੀਕ ਹੈ ਜੀ, ਇਹਦੇ ਵਿੱਚ ਤੁਹਾਡਾ ਖਰਚਾ ਕੁਛ ਨਹੀਂ ਹੋ ਰਿਹਾ। ਹੁਣ ਤੁਸੀਂ ਇੱਥੇ ਖੜ੍ਹੇ ਹੋ, ਇੱਥੇ 1 ਗ੍ਰਾਮ ਵੀ ਕੋਈ ਦਵਾਈ ਨਹੀਂ ਪਾਈ, ਕੋਈ ਵਰਮਿੰਗ ਕੰਪੋਸਟ ਨਹੀਂ ਐਡ ਕੀਤੀ, ਕੁਛ ਨਹੀਂ ਕੀਤੀ ਆ, ਸਿਰਫ ਫੰਗਸ ਦੀ ਸ਼ਿਕਾਇਤ ਆਪਾਂ ਚੈੱਕ ਕੀਤੀ ਆ, ਉਹ ਆਪਾਂ ਇਹਦਾ ਇਲਾਜ ਕਰ ਦੇਣਾ। ਉਦੋਂ ਬਿਨਾਂ ਇਹਦੇ ਵਿੱਚ ਪਿਛਲੇ 1.5 ਸਾਲ ਤੋਂ ਕੁਛ ਵੀ ਨਹੀਂ ਪਾਇਆ ਹੈਗਾ, ਜੋ ਮੁਰਗੀਆਂ ਦੀਆਂ ਬਿੱਠਾਂ ਨੇ ਉਹਨਾਂ ਨਾਲ ਇਹ ਸਾਰਾ ਸਿਸਟਮ ਹੋ ਗਿਆ, ਆਪਣੇ ਆਪ ਸੈੱਟ ਹੋ ਗਿਆ। ਇਹ ਬਾਈ ਕਈ ਇੱਦਾਂ ਵੀ ਕਹਿੰਦੇ ਆ ਵੀ ਜਿਹੜਾ ਇਹ ਨਿੰਬੂ ਹੈਗਾ ਉਹ ਸਿਆਲਾਂ ਦੇ ਵਿੱਚ ਜ਼ਿਆਦਾ ਫਲ ਦਿੰਦਾ, ਨਵੰਬਰ ਤੋਂ ਸ਼ੁਰੂ ਕਰਦਾ ਜਾਂ ਵੀਰੇ? ਵਰਾਇਟੀਜ਼ 'ਤੇ ਡਿਪੈਂਡ ਕਰਦਾ ਸਾਰਾ ਕੁਛ, ਜਿਹੜੀ ਤੁਹਾਡੀ ਵਰਾਇਟੀਜ਼ ਆ, ਨੰਬਰ 2 ਦੇ ਉੱਤੇ ਤੁਹਾਡੀ ਮੈਨੇਜਮੈਂਟ ਆ ਜਾਂਦੀ ਹੈ। ਹੁਣ ਇਹਦੇ ਵਿੱਚ ਜਿਹੜੇ ਲੋਕ ਕਹਿੰਦੇ ਨੇ ਵੀ ਮੰਨ ਲਓ ਆਹ ਤੁਸੀਂ ਦੇਖੋ ਆ ਨਿੰਬੂ ਲੱਗਿਆ ਹੋਇਆ ਇਸ ਟਾਈਮ, ਇਹ ਆਪਣਾ ਹੋਣ ਵਾਲਾ ਬਚਿਆ ਹੋਇਆ ਨਿੰਬੂ ਆ, ਜਿਹੜਾ ਬਚ ਗਿਆ ਸੀਗਾ ਨਾ ਨਿੰਬੂ, ਹੁਣ ਆਪਾਂ ਤੜਾਈ ਕੀਤੀ ਇਹਦੀ, ਇਹ ਉਹ ਨਿੰਬੂ ਬਚ ਗਿਆ, ਉਹ ਨਿੰਬੂ ਆ ਇਹ। ਹੁਣ ਤੋਂ 1.5-2 ਮਹੀਨੇ ਬਾਅਦ ਦੁਬਾਰਾ ਹਾਰਵੈਸਟਿੰਗ ਚਾਲੂ ਹੋਣੀ ਨਿੰਬੂ ਦੀ। ਮੰਨ ਲਓ ਜੇ ਆਪਾਂ ਨੂੰ ਪੂਰੇ ਸਾਲ ਦੇ ਵਿੱਚ ਸਿਰਫ 3 ਮਹੀਨੇ ਵੀ ਮਿਲ ਜਾਂਦੇ ਨੇ ਪੂਰੇ ਸਾਲ ਦੇ ਵਿੱਚ, ਜਨਵਰੀ ਟੂ ਦਸੰਬਰ 3 ਮਹੀਨੇ, ਤਾਂ ਨੋਰਮਲ ਟ੍ਰੈਡੀਸ਼ਨਲ ਫਸਲ ਨਾਲ ਤੁਸੀਂ ਤਾਂ ਵੀ ਉੱਪਰ ਚਲੇ ਜਾਂਦੇ ਹੋ। ਕਈ ਵਾਰੀ ਵੈਦਰ, ਜਿਵੇਂ ਇਸ ਵਾਰ ਵੈਦਰ ਥੋੜ੍ਹਾ ਗਰਮ ਆ, ਇਸ ਸਾਲ ਪ੍ਰੋਬਲਮ ਕੀ ਆਈ ਆ, ਸਾਡੇ ਤਾਂ ਫਿਰ ਵੀ ਫਰੂਟ ਸੈੱਟ ਹੋਇਆ ਹੋਇਆ, ਨੋਰਮਲ ਬੰਦੇ 'ਤੇ ਫਰੂਟ ਸੈੱਟ ਨਹੀਂ ਹੋਇਆ, ਉਹਦਾ ਕਾਰਨ ਕੀ ਆ, ਇਹਦਾ ਕੋਈ ਔਖਾ ਨਹੀਂ ਹੈਗਾ। ਅਸੀਂ ਕੀ ਕਰਦੇ ਹਾਂ, ਤਾਂ ਸਿੰਪਲ ਪਾਣੀ ਦੀ ਸਪਰੇਅ ਕਰਦੇ ਹਾਂ, ਇਹਦੇ ਟੈਂਪਰੇਚਰ ਨੂੰ ਘਟਾਉਣ ਲਈ, ਯਾਨੀ ਕਿ ਹੁੰਦਾ ਕੀ ਆ, ਹੁਣ ਤੋਂ 20 ਦਿਨ ਨੂੰ ਕੀ ਹੋ ਜਾਣਾ, ਮੋਇਸਚਰ ਬਣਨਾ ਸ਼ੁਰੂ ਹੋ ਜਾਣਾ, ਏਸੀਆਂ ਨੇ ਪਾਣੀ ਬਾਹਰ ਮਾਰਨਾ ਸ਼ੁਰੂ ਕਰ ਦੇਣਾ। ਇਸ ਟਾਈਮ ਕੀ ਆ, ਤੁਸੀਂ ਇੱਥੇ ਸੜਦੋ ਪਾਣੀ, 2 ਮਿੰਟ 'ਚ ਭਾਫ ਪਾਣੀ ਕੁੜ ਜਾਣਾ। ਅਸੀਂ ਕੀ ਕਰਦੇ ਹਾਂ, ਇਹਨੂੰ ਹਰ ਇੱਕ ਦਿਨ ਛੱਡ ਕੇ ਵੀਰੇ ਇਹਦੇ ਉੱਤੇ ਅਸੀਂ ਪਾਣੀ ਦੀ ਸਪਰੇਅ ਮਾਰਦੇ ਹਾਂ, ਉਹਦੇ ਨਾਲ ਇਹਦਾ ਮੋਇਸਚਰ ਮੇਨਟੇਨ ਬਣਿਆ ਜਾਂਦਾ, ਫਰੂਟ ਸੈੱਟ ਹੋ ਜਾਂਦਾ। ਬਾਈ ਇੰਨਾ ਹੀ ਫਾਰਮੂਲਾ ਹੈ, ਮਤਲਬ ਲੋਕ ਸ਼ੇਅਰ ਨਹੀਂ ਕਰਦੇ, ਅਸੀਂ ਦੱਸ ਦਿੰਦੇ ਹਾਂ ਸਾਰਿਆਂ ਨੂੰ ਵੀ ਇਹਦਾ ਫਰੂਟ ਸੈੱਟ ਆਪਾਂ ਕਰਨਾ ਕਿੱਦਾਂ ਹੈ। ਅਤੇ ਇਹ ਫਿਰ ਕੋਈ ਵੀ ਵਰਾਇਟੀ ਹੋਵੇ? ਹਾਂ, ਕੋਈ ਵੀ ਵਰਾਇਟੀ ਹੋਵੇ। ਉਹਨੂੰ ਤੁਸੀਂ ਖਾਸ ਤੌਰ 'ਤੇ ਜਿਹੜਾ ਮੇਨ ਤਾਂ ਜਿਹੜੀ ਲੋੜ ਹੁੰਦੀ ਆ ਉਹ ਆਪਾਂ ਨੂੰ ਗਰਮੀਆਂ 'ਚ ਹੁੰਦੀ? ਹਾਂ, ਗਰਮੀਆਂ ਇਹ ਮੰਨ ਲਓ ਹੁਣ ਸਾਡਾ ਅਪ੍ਰੈਲ ਤੱਕ ਗਿਆ ਹੈ, ਅਪ੍ਰੈਲ ਤੱਕ ਸਾਡਾ 200 ਰੁਪਏ ਤੋਂ ਪਲੱਸ ਅਸੀਂ ਸੇਲ ਕੀਤਾ। ਜੇ ਕਿਸੇ ਨੂੰ ਫਿਰ ਵੀ ਪ੍ਰੋਬਲਮ ਆਉਂਦੀ ਆ ਤਾਂ ਉਹਦਾ ਇੱਕ ਹੱਲ ਹੈਗਾ ਬਹੁਤ ਵਧੀਆ, ਉਹਦਾ ਹੱਲ ਆ ਵੀ ਇਹਦੇ ਲਈ ਕੋਲਡ ਰੂਮ ਬਣਾਓ। ਕੋਲਡ ਰੂਮ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ, 50% ਗੌਰਮੈਂਟ ਸਬਸਿਡੀ ਹੁੰਦੀ ਆ ਉਹਦੇ 'ਤੇ, 50% ਤੁਹਾਡੀ ਜੇਬ 'ਚੋਂ ਲੱਗਣਾ। ਤੁਸੀਂ ਮੰਨ ਲਓ 3-6 ਟਨ ਦਾ ਕੋਲਡ ਸਟੋਰ ਬਣਾ ਲਓ, ਜੇ ਤੁਸੀਂ 3 ਟਨ ਦਾ ਕੋਲਡ ਸਟੋਰ ਬਣਾਉਂਦੇ ਤਾਂ ਤੁਹਾਡੀ ਜੇਬ 'ਚੋਂ 1.5 ਲੱਖ ਰੁਪਏ ਲੱਗਣਾ, ਉਹ 1.5 ਲੱਖ ਵੀ ਘੱਟ ਜੂਗਾ। ਜੇ ਤੁਹਾਡੇ ਕੋਲ ਕੋਈ ਬਰਾਂਡਾ ਹੈਗਾ ਉਹ ਬਰਾਂਡੇ ਦੇ ਵਿੱਚ ਸੈੱਟ ਕਰ ਦਿਉ, ਫਿਰ ਤੁਹਾਡਾ 90,000 ਹੀ ਲੱਗਣਾ, ਉਹ ਤੁਹਾਡੀ ਕੰਪਨੀ ਨੇ ਤੁਹਾਡਾ ਸੈੱਟ ਕਰ ਦੇਣਾ, ਤੁਹਾਨੂੰ ਦੇ ਦੇਣਾ ਸਾਰਾ ਸੈੱਟ ਬਣਾ ਕੇ, ਉੱਥੇ ਤੁਹਾਡਾ 90,000 ਲੱਗਿਆ, ਉਹ 90 ਤੁਹਾਡਾ ਉਸ ਸੀਜ਼ਨ 'ਚ ਪੂਰਾ ਹੋ ਜਾਊ, ਉਦੋਂ ਵੀ ਵੱਧ ਪੂਰਾ ਹੋ ਜਾਊਗਾ। ਸਹੀ ਗੱਲ ਹੈ। ਔਰ ਤੁਸੀਂ ਸਾਰੇ ਸਾਲ ਲਈ ਮੰਨ ਲਓ ਤੁਸੀਂ ਕੁਛ ਵੀ ਉਹਦੇ ਵਿੱਚ ਰੱਖ ਸਕਦੇ ਹੋ, ਤੁਸੀਂ ਸਬਜ਼ੀਆਂ ਰੱਖਣੀਆਂ ਨੇ ਜਾਂ ਮੰਨ ਲਓ ਕੁਛ ਹੋਰ ਸਟੋਰ ਕਰਨਾ ਤੁਸੀਂ, ਉਹ ਤੁਹਾਡੇ ਪੂਰੇ ਸਾਲ ਦਾ ਸਿਸਟਮ ਹੋ ਜਾਂਦਾ ਉੱਥੇ।
मिक्स फ्रूट बाग लाए ने इस बार मिक्स फ्रूट बाग दे विच कीता कि असीं मान लो एक किले दे विच 36-40 दा किला हुंदा जी उहदे विच असीं 19 रॉ बनातीआं 19 रॉ दे विच असीं 19 अलग अलग क्रॉप लातीआं लातीआं जी ऑर्गेनिक सर्टिफाइड खेत होणगे उह 19 रॉ लग गईआं सब्जी अलग अलग मतलब आ लाते बूटे तुसीं इक रॉ दे विच नींबू लाता एक रॉ दे विच आपां संतरा लाता एक च चीकू लाता एक च अंजीर लाती एक च मान लो अमरूद लाता एक च बेर लाता अलग अलग 19 वैरायटीआं लातीआं लग गईआं जी हुण इहदे विचों मान लो पहले साल तो इनकम यदि आनी नहीं असं हल की क्ढाया फार्मर का असं की किया ये दो कनाल च आलू बीजता बट्टा तो बना के दो कनाल प्याज बीजता 8 कनाल का किला हों जी बचगिया 4 कनाल 4 कनाल असं ट्रडिशनल सब्जी बीजनी शुरू कर ली सीजनल जी सीजनल आऊगी उतों होया कि सानू एक किले के पिछे सिर्फ 20 बंद मतलब फैमिली चाहिए जड़ना असं मंडी नहीं जाना साडा कंसैप्ट मंडी वाला नहीं है ये असं की करना ऑर्गेनिक सब्जी जो मार्केट का रेट है मतलब मार्केट के आलू 20 रुपये मिलते हैं असं तुम्हें 20 ही देवे मार्केट के प्याज 25 रुपया थोड़ा 25 देवे पर आना साढ़े फार्म से पेगा ऑन फार्म सिस्टम आए तो सानू किन्ने चाहिए किले पिछे सिर्फ 25 बंदे उन्होंने किन्ने का समान देना अभी 2000 का एक फैमिली को 2000 का तो समान लग जाता कोई भी बंदा साढ़े जुड़ूगा वो कैमिकल वाला उस रेट लै रहा उस रेट असं उन्होंने ऑर्गेनिक दे रहे हैं जाने कि 50,000 रुपया हो गया जी एक महीने के फार्मर खुद काम कर रहा उन्होंने 50,000 दिन को 50,000 इंटू 12 यानी कि 6 लाख रुपया वो इस कंसैप्ट को ही कढ़ सकता उन्होंने कितने भजन की लड़ नहीं कितने उन्हें मंडी नहीं आना कोई उन्हें वेट नहीं करनी अपने कोल्ड रूम च बैठा हो उतों ही दे रहा वो भाई तुम ये ट्रेनिंग सीखा होना बैंक सारी वादिया ट्रेनिंग उस चीज़ में इंप्लीमेंट करता नहीं ठीक है गल तुम आपका जो गाहक टारगेट किमें करना वो भी बहुत जरूरी हाँ हूँ वो जो नवे फार्मर ने असं हैल्प करते साड़ी टीम हैल्प करती असं की करते मान लो कोई लुधियाने के असं फार्म सैटअप कराया असी साडा टारगेट हों डॉक्टर कमिस्ट जां इंडस्ट्रीअल जिहड़े बंदे मान लो अपनी सेहत के प्रति सुचेत ने भी असी वधिया खाना है हुण मेरे को इत्थे तुसीं ला लो भी खन्ने तो इंडस्ट्रीअल बंदे ने भी तो अंडा सारे साल जांदा उन्हां नूं अच्छा खन्ने दे लुधियाने दे जिहड़े सारा साल अंडा उन्हां नूं आपां अंडा चिकन आपां प्रोवाइड करदे आं मतलब सीजनल सारी क्रॉप जिन्नी भी क्रॉप अपने को होगी मैं कदे मंडी वेचण नहीं जांदा जांदा मेरी उत्थी जगदी है हुण मान लो अपने बाकी समान भी सेल करते हैं साड़ी मतलब मार्केट इदा की तैयार होगी भी सानू मंडी जाने की लोड़ नहीं पेगी इन फ्यूचर सारा समान साड़ा इदा ही सेल होगा बहुत वधिया भाई आज तो भाई बड़ी कमाल की गल है तो शामे बैठे देखो मौज ना बैठे ने अपना शामा दे विच इन्हों की कोई बाउंड नहीं है जी सुबह 6 बजे इन्हों का गेट खुल जाना रात को 8 बजे इन्होंने चल जाना अंदर उस बाद आके साडे बंदे ने बंद करना अच्छा रात अंदर बंद लॉक कर जाने तो दिन के जिथे अपना मर्जी फिर नॉर्मल भी मुर्गा देखते होंगे भी कि बंदे बंद हुए पिंजरे के बहुत होंगे हाँ बहुत सही है ग्रोथ हेल्दी बहुत रहते हैं इदा इन्हों कोई भी एक भी कैमिकल या पेस्टिसाइड देने की लड़ नहीं होंगी हैगी किसी मुर्गे को जे ये नैचुरल रखे हुए हैं अपने ये हम अपने नैचुरल च ने सारी क्या बात है भाई बहुत वधिया लग्या भाई गल्लां बातां करके थोड़े नाल मैनू लगता भी तुसी जिन्नियां नवीं तकनीकां दे हिसाब नाल असल च जिहड़ा अपना किसान है जेकर उहने उस लैवल तक पहुँचना है जिवें अडानी अबानी हुण इधर आई जांदे है उहनां नूं आप उवें सोचना पऊगा हुण साडा जिहड़ा फर्दर साडी जिहड़ी प्लैनिंग है उहदे विच भी असीं इही असीं प्रोसैसिंग च नूं जा रहे हां सारी चीज़ां नूं असीं भी प्रोसैस करके मान लो इह साल असीं नींबू सेल आउट मंडी नहीं करांगे उहदा टोटल अचार ऑर्गेनिक दे विच बना के सारा ऑर्गेनिक अचार सेल करना आपां ने उहदी जिहड़ी कैलकुलेशन आ उह तुहाडा दिमाग घुमा दोगे भी कित्थे जांदी है जे मार्केटिंग भी करनी पैगी रख के बाकी भी तो कर दी ने कंपनियां जे असीं कर लांगे तां भी साडा जाने कि आउटपुट अप्रोक्सीमेट 20 लाख तो उपर जाऊगी एक एकड़ की सानू अपना ब्रांड बनाना पऊगा ब्रांड बना के उस ब्रांड दे विच असीं लॉन्च करांगे इस साल असीं अंजीर अमरूद ते नींबू ये तीन चीज़ों का ट्रायल कर रहे हैं क्योंकि साढ़े को यह वर्क च हो गया तीन चीज़ें बहुत वधिया भाई बहुत सोहनी गल आ चलो बई मैनू लगता भी आप लगभग सारिया थोड़िया फसलों भी पूरी कर लिया सच अमरूद रह गया अमरूद भी भाई तुम दस रहे नवी वरायटी है हाँ जी भाई जी ये मान लो साढ़े को 7-8 वरायटियां उत्ते असं काम करे अमरूद के उत्ते जी आ सामने वरायटी ये एप्पल क्रॉस आदा अमरूद का साइज तकरीबन 300 ग्राम का होंगे तुम देखोगे एक रिंग होंगे ये सिर्फ बीज आ एक अमरूद खा लिया सैटिस्फाइड हो कुछ भी खाने की लड़ नहीं थोड़ा इन्ना ज़्यादा मिठा होंगे
ਸਾਡੇ ਕੋਲ ਕੀ ਆ ਵੀ ਇਹ ਫੈਮਲੀਆਂ ਲੱਗੀਆਂ ਹੋਈਆਂ ਨੇ, ਅਸੀਂ ਫੈਮਲੀਜ਼ ਨੂੰ ਪੈਕਿੰਗ ਬਣਾ ਕੇ ਹਰ ਚੀਜ਼ ਦੀ ਅਸੀਂ ਭੇਜ ਦਿੰਦੇ ਹਾਂ। ਸਾਡੇ ਕੋਲ ਤਕਰੀਬਨ 2000 ਫੈਮਲੀ ਸਾਡੇ ਨਾਲ ਪੰਜਾਬ ਦੇ ਵਿੱਚ ਜੁੜ ਗਈਆਂ ਜਿਹਨਾਂ ਨੂੰ ਅਸੀਂ ਡਾਇਰੈਕਟ ਦਿੰਦੇ ਹਾਂ। ਸਮਾਨ ਸਾਡਾ ਮਾਰਕੀਟ ਰੇਟ 'ਚ ਹੀ ਹੁੰਦਾ, ਅਸੀਂ ਕੋਈ ਮਹਿੰਗਾ ਨਹੀਂ ਲੈਂਦੇ, ਅਸੀਂ ਔਰਗੈਨਿਕ ਦਾ ਰੇਟ ਨਹੀਂ ਲੈਂਦੇ ਕਿਸੇ ਤੋਂ। ਸਾਡਾ ਰੇਟ ਬਾਜ਼ਾਰ ਵਾਲਾ ਹੀ ਹੋਊਗਾ, ਜਿਹੜਾ ਰੇਟ ਬਾਜ਼ਾਰ 'ਚ ਮਿਲਦਾ ਉਹਨਾਂ ਨੂੰ ਉਹੀ ਰੇਟ ਦੇਵਾਂਗੇ, ਦੇਵਾਂਗੇ ਔਰਗੈਨਿਕ। ਸਾਡਾ ਕਨਸੈਪਟ ਮਹਿੰਗਾ ਕਰਕੇ ਵੇਚਣਾ ਨਹੀਂ ਹੈਗਾ, ਸਮਾਨ ਨੂੰ ਵੱਧ ਵੇਚਣਾ ਹੈ। ਹਾਂ ਮਤਲਬ ਆਪਣੀ ਥੋੜ੍ਹਾ ਜਿਹਾ ਉਹ ਵਧਾਉਣੀ ਹੈ। ਹਾਂ ਵੀ ਖੇਤਰ ਵੱਲ ਵਧਾ ਦਈਏ, ਜੇ ਡਿਮਾਂਡ ਵੱਧਦੀ ਹੈ ਤਾਂ ਖੇਤਰ ਵੱਲ ਵਧਾ ਦਈਏ, ਨਾ ਕਿ ਰੇਟ ਵਧਾਈਏ, ਤਾਂ ਕਿ ਹੋਰ ਲੋਕਾਂ ਤੱਕ ਵੀ ਉਹ ਚੀਜ਼ ਪਹੁੰਚ ਸਕੇ। ਚਲੋ ਬਾਈ ਠੀਕ ਹੈ, ਬਹੁਤ ਬਹੁਤ ਧੰਨਵਾਦ। ਧੰਨਵਾਦ ਤੁਹਾਡਾ ਵੀ, ਬਹੁਤ ਬਹੁਤ ਤੁਹਾਡਾ ਆਉਣ ਦਾ ਵੀ, ਸ਼ੋਸ਼ ਲੈਣ ਦਾ। ਨਹੀਂ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਰੇ। ਦੋਸਤੋ ਤੁਸੀਂ ਦੇਖ ਰਹੇ ਹੋਵੋਗੇ ਬਾਈ ਨੇ ਕਮਾਲ ਹੀ ਕੀਤੀ ਹੈ, ਜਿਹੜੇ ਹਿਸਾਬ ਕਿਤਾਬ ਜੇ ਦੱਸਿਆ ਉਹ ਮੈਨੂੰ ਵੀ ਸੁਣ ਕੇ ਬਹੁਤ ਚੰਗਾ ਲੱਗਿਆ। ਅਤੇ ਆਪਾਂ ਖਾਸ ਤੌਰ ਦੇ ਉੱਤੇ ਜੇ ਇੰਨਾ ਜ਼ਿਆਦਾ ਧਰਤੀ ਨਾਲ ਲੱਗ ਕੇ ਆਪਦੇ ਆਪਣੀ ਧਰਤੀ ਨੂੰ ਮੋਹ ਪਿਆਰ ਕਰਾਂਗੇ ਤਾਂ ਇਹਤੋਂ ਜਿੰਨਾ ਮਰਜ਼ੀ ਸੋਨਾ ਕੱਢ ਲਓ ਤੁਸੀਂ। ਜਿਹੜੀਆਂ ਗੱਲਾਂ ਕਰਨ ਵਾਲੀਆਂ ਹੁੰਦੀਆਂ ਬਾਈ ਗੁਣਾ ਕਰ ਰਿਹਾ ਸੀ 2 ਲੱਖ 28 ਲੱਖ, ਇਹ ਜਿਹੜੀਆਂ ਚੀਜ਼ਾਂ ਨਾ ਇਹ ਸੁਣਨ ਨੂੰ ਆਪਾਂ ਨੂੰ ਐਂ ਲੱਗਦੀਆਂ ਹੋਣਗੀਆਂ ਵੀ ਐਵੇਂ ਮਰੀ ਜਾਂਦੇ ਆ, ਪਰ ਤੁਸੀਂ ਜਦੋਂ ਮਿਹਨਤ ਆ ਕਿਸੇ ਦੀ 9 ਸਾਲ ਬਾਈ ਨੂੰ ਕਰਦੇ ਨੇ ਹੋ ਗਏ, ਪਹਿਲੇ ਸਾਲ ਤਾਂ ਨਹੀਂ ਇਹਨਾਂ ਨੂੰ ਇੰਨਾ ਕੁਛ ਹੋਇਆ ਹੋਊਗਾ, ਪਰ ਹੌਲੀ ਹੌਲੀ ਤਜਰਬਾ ਹੋਊਗਾ। ਤੁਸੀਂ ਵੀ ਕਿਹੜਾ ਸ਼ੁਰੂ ਕਰੋ, ਜੋ ਸ਼ੁਰੂ ਕਰੋਗੇ ਹੁਣ ਆਪਾਂ ਨੂੰ ਬਾਕੀ ਫਸਲਾਂ ਲਾਉਂਦਿਆਂ ਨੂੰ ਵੀ ਕਿੰਨੇ ਸਾਲ ਹੋ ਗਏ ਅਤੇ ਆਪਾਂ ਨੂੰ ਕੋਈ ਮਿਲਿਆ ਉਹਦੇ 'ਚੋਂ ਵੀ ਹਾਂ ਇੰਨੇ ਲੱਖ ਕਮਾ ਲਏ ਅਸੀਂ, ਕੀ ਕਹਿਣਾ ਕਿਸੇ ਸਾਲ ਕੋਈ ਲੋਟ ਆ ਜਾਵੇ ਆਪਣਾ। ਤਾਂ ਹੀ ਇਹ ਆ ਵੀ ਕੁਛ ਵੱਖਰਾ ਕਰੋ ਅਤੇ ਕਮਾਈਆਂ ਕਰੋ, ਪੰਜਾਬ 'ਚ ਰਹੋ, ਆਪਣੀ ਧਰਤੀ ਨਾਲ ਜੁੜੋ। ਧੰਨਵਾਦ।